ਅਸਲਾਮੁਅਲੈਕੁਮ ਮੇਰੇ ਪਿਆਰੇ ਮੈਂ ਭਾਈ, ਉਮੀਦ ਕਰਦੀ ਹਾਂ ਕਿ ਤੁਸੀਂ ਖੈਰੀਅਤ ਨਾਲ ਹੋਗੇ। ਅਤੇ ਤੁਸੀਂ ਦੇਖਿਓ ਮੇਰਾ ਯੂਟਿਊਬ ਚੈਨਲ ਆਮਿਨਾ ਸ਼ਹਿਜ਼ਾਦੀ, ਅਤੇ ਜਿਹੜੇ ਮੇਰੇ ਪਿਆਰੇ ਭਾਈਆਂ ਨੇ ਮੇਰੇ ਚੈਨਲ ਸਬਸਕ੍ਰਾਈਬ ਕੀਤਾ, ਚੈਨਲ ਸਬਸਕ੍ਰਾਈਬ ਦਾ ਬਾਅਦ ਕਰ ਦਿਓ ਔਰ ਬੈਲ ਆਇਕਨ ਦੇ ਬਟਨ ਦਬਾ ਦਿੱਤਾ। ਹਾਂਜੀ ਗਾਇਜ਼, ਦੋ ਦੇ ਵੀਡੀਓ ਨਹੀਂ ਅਪਲੋਡ ਕਰ ਪਾਈ, ਤੁਹਾਡੇ ਕੋਲ ਮਦਦ ਚਾਹੁੰਦੇ ਹਾਂ। ਠੀਕ ਹੋ ਗਿਆ, ਅਤੇ ਗਰਮੀ ਬਹੁਤ ਜ਼ਿਆਦਾ ਹੋਵੇ ਤਾਂ ਵੀਡੀਓ ਕਿਉਂ ਨਹੀਂ ਅਪਲੋਡ ਕਰ ਪਾਏ, ਇਹ ਵੀ ਤੁਹਾਨੂੰ ਦੱਸਦੇ ਹਾਂ। ਬਹੁਤ ਵੱਡਾ ਹਾਸਾ ਹੋ ਗਿਆ ਸੀ ਸਾਡੇ ਕੋਲ, ਅੱਜ ਕੋਈ ਛੋਟੀ ਜਿਹੀ ਬੱਚੀ ਆ। ਠੀਕ ਹੋ ਗਿਆ, ਇਹਦਾ ਨਾਮ ਵਾ ਨਿਮਰਾ, ਇਹ ਮੇਰੇ ਫੁੱਫਾ ਜੀ ਦੀ ਬੇਟੀ ਸੀ। ਠੀਕ ਹੋ ਗਿਆ, ਅਤੇ ਇਹਨੂੰ ਅੱਜ ਮੈਂ ਲੈਣ ਗਈ ਸੀ, ਹੁਣ ਤੁਹਾਨੂੰ ਦੱਸਦੇ ਹਾਂ। ਉਹਨਾਂ ਦੀ ਹੋ ਗਿਆ ਡੈਥ, ਪਰਸੋਂ ਡੈਥ ਹੋਈ ਹੈ, ਇਸ ਲਈ ਵੀਡੀਓ ਦੋ ਦਿਨ ਅਪਲੋਡ ਨਹੀਂ ਕਰ ਪਾਏ। ਠੀਕ ਹੋ ਗਿਆ, ਇਸ ਥੋੜ੍ਹੀ ਜਿਹੀ ਵੱਡੀ ਇਹਨਾਂ ਦੀ ਸਿਸਟਰ ਆ, ਅਤੇ ਐਡਾ ਇਹਦਾ ਭਾਈ ਹੈ ਛੋਟਾ ਜਿਹਾ, ਉਹਨਾਂ ਨਾਮ ਅਬਦੁੱਲਾ। ਇਹ ਬੱਚੀ ਮੈਨੂੰ ਵੈਸੇ ਹੀ ਬਹੁਤ ਪਿਆਰੀ ਲੱਗਦੀ ਸੀ, ਇਸ ਲਈ ਮੈਨੂੰ ਲੈ ਆਉਂਦਾ ਆਪਦੇ ਕੋਲ। ਇਹ ਵੀ ਹੁਣ ਜਿੱਦਾਂ ਆਮਨਾ ਮੇਰੀ ਸਿਸਟਰ ਆ, ਉਹ ਵੀ ਇੱਦਾਂ ਹੀ ਮੇਰੀ, ਇਹ ਵੀ ਸਿਸਟਰ ਹੋਏਗੀ। ਇਹਦਾ ਹਰ ਚੀਜ਼ ਅਸੀਂ ਖੁਆਬ ਵਗੈਰਾ ਸਾਰੇ ਇਨਸ਼ਾਅੱਲਾ ਪੂਰਾ ਕਰਾਂਗੇ। ਅਤੇ ਕਹਿੰਦੀ ਮੈਨੂੰ ਪੜ੍ਹਨ ਦਾ ਬਹੁਤ ਜ਼ਿਆਦਾ ਸ਼ੌਂਕ ਆ, ਪਰਸੋਂ ਆਪਣੇ ਸਕੂਲ ਜਾਵਾਂਗੇ ਜਿੱਥੇ ਆਪਣੀ ਸਿਸਟਰ ਪੜ੍ਹਦੀ ਆ, ਉੱਥੇ ਮੈਂ ਦਾਖਲਾ ਵਗੈਰਾ ਕਰਵਾਵਾਂਗੇ, ਉੱਥੇ ਪੜ੍ਹਾ ਕਰੇਗੀ। ਠੀਕ ਹੋ ਗਿਆ ਨਾ ਨਿਮਰਾ? ਹਾਂਜੀ, ਮੇਰੀ ਮੰਮਾ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਆ। ਅਤੇ ਚਲੋ ਹੁਣ ਘਰ ਚੱਲਦੇ ਹਾਂ, ਅਤੇ ਫਿਰ ਤੁਹਾਨੂੰ ਸਾਡੀ ਗੱਲ ਦੱਸਦੇ। ਹਾਂਜੀ ਗਾਇਜ਼, ਹੁਣ ਘਰ ਆ ਕੇ ਬੈਠੇ ਹਾਂ। ਠੀਕ ਹੋ ਗਿਆ, ਅਤੇ ਇਹ ਹੁਣ ਜਿਹੜੀ ਬੱਚੀ ਆ ਨਿਮਰਾ, ਇਹਦਾ ਨਾਮ ਆ, ਅਤੇ ਇਹ ਹੁਣ ਆਪਣੇ ਘਰ ਆ ਕਰੇਗੀ। ਅਤੇ ਗਾਇਜ਼, ਨਾ ਇਹਨਾਂ ਕੋਲ ਘਰ ਆ, ਠੀਕ ਹੋ ਗਿਆ, ਅਤੇ ਨਾ ਹੀ ਵੀ ਇੱਕ ਤਾਂ ਹੁੰਦਾ ਨਾ ਆਪਦੀ ਜਗ੍ਹਾ ਹੁੰਦੀ ਆ, ਆਪਣਾ ਘਰ ਬਾਰੇ ਹੁੰਦਾ ਨਹੀਂ। ਇਹ ਵੀ ਇਹਨਾਂ ਦੇ ਪਾਪਾ ਨਾ ਕਿਸੇ ਦੇ ਅੱਗੇ ਕੰਮ ਕਰਦੇ ਆ, ਬੜਾ ਅਫਸੋਸ ਹੁੰਦਾ ਵਾ। ਠੀਕ ਹੋ ਗਿਆ, ਅਤੇ ਹੁਣ ਤੁਸੀਂ ਮੈਨੂੰ ਸਪੋਰਟ ਕਰੋ, ਤੁਸੀਂ ਹੁਣ ਮੈਨੂੰ ਸਪੋਰਟ ਕਰੋਗੇ ਅਤੇ ਮੈਂ ਇਹਨਾਂ ਨੂੰ ਇਹਨਾਂ ਦੇ ਖੁਆਬ ਪੂਰੇ ਕਰ ਸਕਾਂਗੀ, ਇਹਨਾਂ ਨੂੰ ਇਹਨਾਂ ਦੇ ਪੈਰਾਂ 'ਤੇ ਖੜਾ ਕਰ ਸਕਾਂਗੀ। ਠੀਕ ਹੋ ਗਿਆ, ਕਿਉਂਕਿ ਇਹਦੀ ਜ਼ਿੰਮੇਦਾਰੀ ਮੈਂ ਖੁਦ ਲਈ ਆ। ਮੈਂ ਕਿਹਾ ਵਾ ਇਹ ਮੇਰੀ ਸਿਸਟਰ ਦੀ ਤਰ੍ਹਾਂ ਰਹੇਗੀ, ਹਰ ਖੁਆਬ ਇਹਨੂੰ ਮੈਂ ਪੂਰਾ ਕਰਨਾ ਵਾ, ਅਤੇ ਪਲੀਜ਼ ਜਿੰਨਾ ਹੋ ਸਕੇ ਮੈਨੂੰ ਸਪੋਰਟ ਕਰੋ। ਠੀਕ ਹੋ ਗਿਆ, ਅਤੇ ਬਾਕੀ ਜੋ ਕਰਨ ਵਾਲਾ ਵਾ ਅੱਲਾ ਵਾ, ਆਪਾਂ ਕੌਣ ਹੁੰਦੇ ਹਾਂ। ਠੀਕ ਹੋ ਗਿਆ, ਅਤੇ ਉਹਦੀ ਜਿਹੜੀ ਸਿਸਟਰ ਆ ਉਹ ਦਾਦਰ ਉਹਨਾਂ ਕੋਲ ਰਹੇਗੀ, ਨਾ ਇਹਨਾਂ ਦੇ ਇੱਕ ਤਾਂ ਹੁੰਦਾ ਨਾ ਮਾਂ ਪਿਓ ਦਾ ਆਸਰਾ ਹੁੰਦਾ ਵਾ ਇਹਨਾਂ ਦੇ ਪਾਪਾ ਕੋਲ, ਉਹਨਾਂ ਦਾ ਵੀ ਨਹੀਂ ਆਸਰਾ ਹੈ ਕਿਉਂਕਿ ਉਹਨਾਂ ਦੀ ਡੈਥ ਹੋ ਚੁੱਕੀ ਆ, ਅਤੇ ਆਪਾਂ ਹੀ ਉਹਨਾਂ ਨਾਲ ਸੰਭਾਲਣਾ ਵਾ। ਅਤੇ ਹੁਣ ਇਹ ਪੁੱਛਦੇ ਹਾਂ ਕੋਈ ਚੀਜ਼ ਦੀ ਜ਼ਰੂਰਤ ਆ, ਅਤੇ ਆਪਾਂ ਹੁਣੇ ਮੰਗਵਾ ਕੇ ਇਹਨੂੰ ਦਿੰਦੇ ਹਾਂ, ਅਤੇ ਫਿਰ ਆਪਾਂ ਦੇਖਦੇ ਹਾਂ ਹੁਣ ਅੱਗੇ ਕੀ ਕਰਦੇ ਹਾਂ ਅਤੇ ਕੀ ਨਹੀਂ। ਨਿਮਰਾ, ਕੋਈ ਚੀਜ਼ ਖਾਣੀ ਆ? ਫਾਲਸਾ। ਫਾਲਸਾ ਖਾਣਾ? ਹੋਰ? ਹੋਰ ਆੜੂ। ਆੜੂ ਆਪਣਾ? ਆੜੂ ਤਾਂ ਪਏ ਆ ਨਾ, ਆੜੂ ਵਾਸ਼ ਕਰਕੇ ਲਿਆ ਦੇ, ਅਤੇ ਗਾਇਜ਼ ਫਾਲਸਾ ਨਹੀਂ ਖਤਮ ਹੋਇਆ ਵਾ, ਅਤੇ ਫਾਲਸਾ ਮੰਗਵਾ ਕੇ ਇਹਨੂੰ ਦਿੰਦੇ ਹਾਂ, ਅਤੇ ਫਾਲਸਾ ਹੀ ਖਾ ਲੇਗੀ, ਅਤੇ ਆਪਾਂ ਉਹਨਾਂ ਆਪਦੇ ਵਾਸਤੇ ਕੋਈ ਖਾਣ ਪੀਣ ਵਾਸਤੇ ਖਾ ਲਈਏ, ਕਿਉਂਕਿ ਭੁੱਖ। ਹਾਂਜੀ ਗਾਇਜ਼, ਤੁਸੀਂ ਕਮੈਂਟ 'ਚ ਦੁਆ ਕਰਿਓ। ਠੀਕ ਹੋ ਗਿਆ, ਅਗਰ ਕੋਈ ਨਮਾਜ਼ ਪੜ੍ਹਦਾ ਉਹ ਵੀ ਇਹ ਦੁਆ ਕਰਿਆ ਕਰਾਂ ਵੀ ਉਹਨਾਂ ਦੀ ਮੰਮਾ ਨੂੰ ਜਲਦ ਦੋ ਚਾਲਾ ਮੁਕਾਮ ਦੇ, ਅਤੇ ਅੱਲਾਹ ਕੋਲ ਆਖੀ ਦੁਆ ਕਿ ਅੱਲਾ ਤੂੰ ਇਹਨਾਂ ਨੂੰ ਖੁਸ਼ ਸੰਭਾਲ। ਆਪਣੀ ਤਾਂ ਔਕਾਤ ਨਹੀਂ ਹੈ। ਠੀਕ ਹੋ ਗਿਆ, ਜਾਂ ਤਾਂ ਆਪਾਂ ਨਾ ਬਣਾਈਏ ਕਿ ਇਹਨਾਂ ਨੂੰ ਮੈਂ ਪਾ ਲਿਆ ਐਡਾ ਵੱਡਾ ਕੀਤਾ, ਆਪਣੀ ਬਿਲਕੁਲ ਔਕਾਤ ਨਹੀਂ ਹੈਗੀ। ਠੀਕ ਹੋ ਗਿਆ, ਇੰਨਾ ਕਹੀਏ ਆਪਾਂ ਤਾਂ ਆਪਣੇ ਤਾਂ ਪੱਖੇ ਮੱਖੀ ਦੇ ਪਾ ਜਿੰਨੀ ਅੱਲਾ ਮੁਸਲਮਿਆਂ ਦੇ ਸਾਹਮਣੇ ਔਕਾਤ ਨਹੀਂ ਹੈਗੀ। ਠੀਕ ਹੋ ਗਿਆ, ਬਸ ਅੱਲਾ ਮੀਆਂ ਸਾਨੂੰ ਮਾਫ਼ ਕਰੇ, ਅਤੇ ਬਸ ਤੁਸੀਂ ਦੁਆ ਕਰੋ ਅੱਲਾ ਮੀਆਂ ਨਾ ਉਹਨਾਂ ਦੀ ਮਾਂ ਨੂੰ ਜਲਦ ਤੋਂ ਜਲਦ ਮੁਕਾਮ ਦੇਵੇ। ਇਹ ਬੱਚੀ ਹੁਣ ਆਪਣੇ ਕਰਿਆ ਕਰੇਗੀ, ਰੋਜ਼ਾਨਾ ਵਲੋਗ ਦੇ ਵਿੱਚ ਆਇਆ ਕਰੇਗੀ, ਅਤੇ ਫਿਰ ਆਪਾਂ ਆਸਤਾ ਆਸਤਾ ਇਹਨੂੰ ਵੀ ਵੀਡੀਓ 'ਤੇ ਲਾ ਦਾਂਗੇ, ਫਿਰ ਸਾਡੇ ਘਰ 'ਚ ਫੁੱਲ ਫੈਮਿਲੀ ਅਸੀਂ ਵੀਡੀਓ ਬਣਾਇਆ ਕਰਾਂਗੇ। ਬਸ ਤੁਸੀਂ ਇੱਕਦਮ ਸਪੋਰਟ ਕਰੋ। ਠੀਕ ਹੋ ਗਿਆ, ਤਾਂ ਕਿ ਇਹਨੂੰ ਵੀ ਅਸੀਂ ਮੋਬਾਈਲ ਲੈ ਕੇ ਦੇਈਏ, ਅਤੇ ਇਹ ਵੀ ਵੀਡੀਓ ਬਣਾਇਆ ਕਰੇਗੀ। ਵੀਡੀਓ ਬਣਾਇਆ ਕਰਾਂਗੇ ਮੇਰੇ ਤਾਂ? ਚਲੋ ਠੀਕ ਹੋ ਗਿਆ ਜੀ। ਚਲੋ ਗਾਇਜ਼, ਹੁਣ ਆਪਾਂ ਆਪਦਾ ਕੰਮ ਕਰ ਲਈਏ, ਕੋਈ ਖਾਣ। ਹਾਂਜੀ ਗਾਇਜ਼, ਨਿਮਰਾ ਜਿੰਨਾ ਕੁ ਫਰੂਟ ਵਗੈਰਾ ਚਾਹੀਦਾ ਸੀ ਮੰਗਵਾ ਤਾ ਵਾ, ਆਪਾਂ ਵੀ ਖਾਣੀ ਰੋਟੀ ਵਗੈਰਾ ਖਾ ਲਈਆ। ਅੱਜ ਦਾ ਟੋਪਿਕ ਦੀ ਗੱਲ ਸੀ ਨਿਮਰਾ, ਤੇ ਠੀਕ ਹੋ ਗਿਆ, ਅਤੇ ਕੱਲ੍ਹ ਤੋਂ ਇਨਸ਼ਾਅੱਲਾ ਆਪਾਂ ਫਿਰ ਆਪਦੇ ਟੋਪਿਕ 'ਤੇ ਵੀਡੀਓ ਬਣਾਇਆ ਕਰਾਂਗੇ, ਆਪਦਾ ਜਿਹੜਾ ਕੰਮ ਵਗੈਰਾ ਕਰਦੇ ਹਾਂ ਵਲੋਗ ਵਗੈਰਾ ਬਣਾਇਆ ਕਰਾਂਗੇ, ਅਤੇ ਹੁਣ ਕਰਦੇ ਹਾਂ ਵੀਡੀਓ ਦਾ ਐਂਡ। ਅਗਰ ਮੇਰੇ ਪਿਆਰੇ ਭਾਈਆਂ ਨੂੰ ਮੇਰੀ ਵੀਡੀਓ ਅੱਛੀ ਲੱਗੇ, ਲਾਈਕ ਕਰੋ, ਸਬਸਕ੍ਰਾਈਬ ਕਰੋ, ਤਾਂ ਕਿ ਹਰ ਵੀਡੀਓ ਬਸ ਨਾਲ ਮੇਰੇ ਪਿਆਰੇ ਭਾਈਆਂ ਤੱਕ ਪਹੁੰਚ ਸਕੇ। ਮਿਲਾਂਗੇ ਅਗਲੀ ਵੀਡੀਓ 'ਚ। ਅੱਲਾ ਹਾਫਿਜ਼।